ਆ ਮੂੰਹ ਤਾਂ ਨਹੀਂ ਸਿਰਾ ਲਾਇਆ ਜਦੋਂ ਕੋਈ ਨੀ ਫਲ ਵਾਲੇ ਕੱਲ ਤੋੜਨਾ ਇਹ ਵੀ ਲੱਗੂਗਾ ਸਿਰਾ ਵੀ ਕੀ ਕਾਲ ਕਰਦਾ ਚਾਚੇ ਸਿਰਾ ਵੀ ਲੱਗੂਗਾ ਲੱਗ ਜੂ ਸਾਲ ਤੱਕ ਲੱਗ ਜੂਗਾ ਲੱਗ ਜੂਗਾ ਚਲੋ ਜੀ ਕੰਮ ਹੋ ਗਿਆ ਬਹੁਤ ਇਹ ਵੀ ਹੁਣ ਵਿਹਲਾ ਬੈਠਾ ਹੈ ਮੈਂ ਬਿਠਾ ਲਿਆ ਨਹੀਂ ਤਾਂ ਮੇਰੇ ਜਾਣਾ ਤਿੰਨ ਕੀਲਿਆਂ ਦੇ ਕੰਮ ਚਾਰ ਦਾ ਖੜਾ ਮੇਰਾ ਮੂਹਰੇ ਮੈਂ ਜਾਂਦਾ ਮਾਰਦੇ ਜਾਊਂਗਾ ਹੁਣ ਮੇਰਾ ਜੀ ਜਾ ਨਹੀਂ ਕਰਦਾ ਵਾ ਸਵੇਰੇ ਭਰੂਗਾ ਲੈ ਮਾਰਿਆ ਜਿਹੜਾ ਕੰਮ ਨਹੀਂ ਭਰਾਈ ਦੇ ਵੀ ਮਾਰਨਾ ਸਵੇਰੇ ਹੀ ਜਿੰਨੇ ਤੁਸੀਂ ਊ ਰੌਲਾ ਪਾਉਣੇ ਮਹਾਰਾਜ ਨੂੰ ਬੇਨਤੀ ਕਰ ਲਓ ਬਾਹਰ ਵੀ ਪਾ ਦੇ ਤੁਸੀਂ ਨਾ ਚੌਲ ਬਣਾ ਲਿਓ ਆਪਣੇ ਤੁਹਾਡੇ ਮੂਹਰੇ ਚਲੋ ਕੱਲ ਨੂੰ ਚੌਲ ਬਣਾਈਏ ਯਾਰ ਰਹਿਣ ਦੇ ਬਾਈ ਹਾਂ ਚੌਲ ਤੁਸੀਂ ਨਾ ਬਣਾਇਓ ਨਹੀਂ ਕੱਲ ਨੂੰ ਚੌਲ ਬਣਾਉਣੇ ਬਣਾ ਆਪ ਬਣਾ ਲਓ ਮਸੜ ਦੇ ਨਾਲ ਬਣਾਓ ਮਸੜ ਬੋਲਣ ਆਪਣੇ ਉਸ ਹਾਲ ਨਾਲ ਵੀ ਮਹਾਰਾਜ ਬਾ ਕੈਰਿਆਂ ਤੇ ਬਾਹਰ ਨਾ ਪੜੀ ਜਾਵੇ ਕੈਰਿਆਂ 'ਚ ਰਹਿ ਜੂ ਬਸ ਅਰਦਾਸ ਕਰਨੀ ਪੈਣੀ ਜੇ ਤੁਸੀਂ ਕਹਿੰਦੇ ਨੇ ਲੈ ਤੋੜ ਦੇ ਬੱਟਾ ਫਿਰ ਉਹਨੂੰ ਬੱਟਾ ਹੀ ਤੋੜਨੀ ਆ ਜਾਂ ਕਹਿੰਦਾ ਬੱਟਾ ਤੋੜ ਦੇ ਫਿਰ ਬੱਟਾ ਹੀ ਟੁੱਟੀ ਆ ਹੈ ਕਿ ਨਹੀਂ ਉਹਨੂੰ ਕਿਉਂ ਪਤਾ ਬੱਟਾ ਤੁਸੀਂ ਕਿਹੜੀ ਕਹਿੰਦੇ ਉਹਨੂੰ ਦੂਜੀ ਤੋੜਦੀ ਉਹਨੇ ਬੜੇ ਹੀ ਤੋੜਦੇ ਡੌਲੇ ਹੀ ਤੋੜਦੇ ਤੁਸੀਂ ਐਂ ਨਹੀਂ ਨਾ ਕਿ ਖੇਤ ਦੀਆਂ ਬੱਟਾਂ ਉਹਨੇ ਨਜ਼ੀਆਂ ਤੋੜਦੀਆਂ ਉਹਨੂੰ ਉੱਪਰ ਤੇ ਬੱਟ ਉਹੀ ਦਿਖੀ ਇੱਕ ਬੜੀਆਂ ਬੱਟਾਂ ਦਿਖੀਆਂ ਉਹਨੂੰ ਛੋਟੀ ਬੱਟਿਆਂ ਦਿਖੀ ਤੁਹਾਡੀਆਂ ਇੰਨੀ ਨਹੀਂ ਬੱਟਾਂ ਨਹੀਂ ਦਿਖੀਆਂ ਉਹਨੂੰ ਉਹ ਡੌਲੇ ਦਿਖੇ ਏਡੇ ਕਿ ਢੇਡੇ ਫਿਰ ਲੈਂਦੇ ਹੋਰ ਭਗਵੰਤ ਮਾਨ ਪਹਿਲੇ ਪਿਛਲੇ ਸਾਲ ਲਾਈਟ ਭੱਜੀ ਹੋਣੀ ਪਹਿਲਾਂ ਬਲਦੇ ਦਾ ਬਲਦਾ ਉਹ ਕੰਮ ਨੀ ਹੋਣਾ ਅੱਠ ਘੰਟੇ ਅੱਗੇ 10 ਤਰੀਕ ਨੂੰ ਪੱਕੀ ਆਉਂਦੀ ਆ ਆਪਣੇ ਉੱਥੇ ਪ੍ਰੋਗਰਾਮ ਹੁੰਦਾ ਹੁਣ ਹਟ ਗਈ ਡੇਟ ਵੀ ਅੱਗੇ ਪਿੱਛੇ ਹੋ ਗਈ ਫਰਕ ਪੈਂਦਾ ਹੈ ਉਹਨਾਂ ਨੇ ਬਾਈ ਸਾਡੇ ਇੱਥੇ ਪ੍ਰੋਗਰਾਮ ਆਉਂਦਾ ਹੈ ਕਦ ਲਾਉਂਗੇ ਹੋਲਣ ਦੇ ਮਾੜਾ ਜਾ
ਇਹ ਠੰਡਾ ਹੋਇਆ ਨਾ, 6 ਤਾਂ ਭੱਜ ਗਏ, 8 ਵਜੇ ਠੰਡਾ ਹੋਣਾ ਦੇਖ ਲੈ। ਮੈਂ ਕਿਹਾ ਦੇਖ ਲੈ ਸਾਹਣੇ ਬੈਠ ਤੂੰ ਦੇਖ ਲੈ, ਇਹ ਤੂੰ ਇਹਦੇ ਦੇਖੀ ਜਾਂਦਾ ਇਹਨੂੰ, ਆਹ ਦੇਖ ਲੈ ਇਹ ਜਾਂ ਮੂੰਹ ਕਰਿਆ ਇਹਨੇ ਬਾਈ, ਛੱਡਦਾ ਕਿਤੇ ਕਰਦਾ, ਸੁੱਤਾ ਉੱਠ ਕੇ ਆਇਆ ਕਰਦਾ, ਏਸੀ ਚ ਪਿਆ ਕੰਮ ਨਾਲੇ। ਪਤਾ ਕਿਆ ਗੱਲ ਆ, ਨਾ ਤਾਂ ਠੰਡ ਮਾਰਦੀ ਆ ਬੰਦੇ ਨੂੰ, ਬੈਟਰੀ ਤਾਂ ਠੰਡ ਚ ਗੰਨਾ ਲੈ ਕੇ ਜਾਂਦਾ ਜਾਣ ਦਾ, ਨਾ ਗਰਮੀ, ਮੇਨ ਚੀਜ਼ ਆ ਗਰਦਾ, ਗਰਦਾ ਹੀ ਮਾਰਦਾ, ਗਰਦਾ ਇਹ ਜਿਹੜਾ ਆਟੇ ਤੇ ਵੀ ਬਰੀਕ ਆ, ਹੁਣ ਆਟੇ ਤੇ ਬਰੀਕ ਹੋਇਆ ਬਾਈ, ਗਰਦਾ ਦਮ ਤੋੜਦਾ ਬੰਦੇ ਦਾ, ਟੱਚ ਕਰਦੇ ਕਰਦੇ ਦਾ ਲਾਜ਼ਮੀ ਉਹਦਾ ਕਿਆ ਚਲ ਹੋ ਜਾਣਾ ਮਹਾਰਾਜ ਦੀ, ਮੈਂ ਤਾਂ ਕੁਛ ਨਹੀਂ ਕਹਿੰਦਾ ਇਹਨੂੰ, ਮਹਾਂ ਜਿੱਦਾਂ ਮਰਜ਼ੀ ਕਰ ਲਵੇ, ਪਰਨਾ ਬੰਨੇ ਆਪਣਾ ਮੂੰਹ ਕਰਦਾ ਲਾ ਜਾਊਗਾ। ਨਹੀਂ ਨਹੀਂ ਉਹ ਹੋਰ ਕੋ ਭਾਲਦਾ, ਉਹ ਗੰਦ ਕੱਢਦਾ, 2 ਸਾਲ ਕਹਿੰਦਾ ਪੂਰੇ ਆਪਾਂ ਨੂੰ ਰੋਕਿਆ, ਮੈਂ ਤਾਂ ਕਿਹਾ ਹੀ ਨਹੀਂ ਇਹਨੂੰ, ਇਹਦਾ ਕਦੇ ਨਹੀਂ ਕਿਹਾ, ਮੈਂ ਇਹ ਪਹਿਲੀ ਗੱਲ ਥੋੜਾ ਮੇਰੇ ਕਿੰਨੇ ਤਾਂ ਕਹਾਂ ਦੇ ਕੇ ਟ੍ਰੈਕਟਰ ਆ ਵਿੱਚ ਦੂਆ ਲਿਆ ਵੇ, ਕੈਬਨ ਵਾਲਾ ਲਿਆ ਮੈਂ ਕੋਈ ਫਰਕ ਨਹੀਂ, ਕੈਬਨ ਵਾਲਾ ਲਿਆ ਤੇ ਸੁੱਖ ਰੱਖੇ 4x4 ਪਰ ਕੈਬਨ ਲਿਆਇਓ, ਔਰ ਨਹੀਂ ਮਹਾਰਾਜ ਸੁੱਖ ਰੱਖੇ 4x4 ਨੂੰ ਕੈਬਨ ਲਵਾਇਓ, ਲਾਉਣਾ ਨਹੀਂ ਫੇ ਲੱਗਿਆ ਬਈ ਲਿਆਉਣਾ ਹੁੰਦਾ ਬਾਈ, ਲਵਾਇਓ ਗੱਲ ਆਏ ਆ ਰਾਸ਼ਟਰਪਤੀ ਮੰਗੋ ਸਾਇਨ ਤਾਂ ਪਹਿਲਾਂ ਤੇਰੇ ਹੀ ਹੋਣੇ ਆ, ਮੇਰੇ ਕੋਈ ਸਾਇਨ ਨਹੀਂ ਹੈਗੇ, ਕੰਮ ਹੀ ਨਾ ਕਰਨਾ ਤੇਰੇ ਤੇਰੇ ਗੁੱਠੇ ਚੰਗੇ ਹੋਏ ਦਾ ਕੰਮ ਕਿਉਂ ਬਾਬਰੇ, ਨਹੀਂ ਦੀ ਗੱਲ ਸੁਣ ਤਾ ਗੁੱਠੇ ਮੈਂ ਜਾਨ ਮੇਰੇ ਹੈਗੀ ਆ, ਗੁੱਠਾ ਆਪਣੇ ਲਾਉਣਾ ਕਾਤੇ ਆ, ਮੈਂ ਕਿਤੇ ਪੁੱਛਿਆ ਤੇ ਮੰਗੋ ਭੰਗੇ ਹੋਏ ਦਾ ਕੰਮ, ਇਹਨੇ ਤਾਂ ਪਾਵਰ ਟੋਨ ਦਿੱਤੀ ਇਹਨੂੰ, ਹਾਂ ਗੁੱਠਾ ਕਾਤੇ ਆ, ਇਹ ਪਤਾ ਹੈ ਨਹੀਂ ਪਾਵਰ ਹੋਣਾ ਟੋਨ ਇੱਧਰ, ਉਹ ਕਮਾਵੇ ਆਪਣਾ ਲਿਆਵੇ, ਠੀਕ ਨਹੀਂ ਗੱਲ, ਜਿੰਨੇ ਜਾਥੇ ਹੁਣ ਤਾਂ ਆਪਾਂ ਦੇ ਕੰਮ ਚੱਲੇ ਆਪਾਂ ਚਲਾਇਆ, ਅੱਧਾ ਸੱਦਾ ਹੈ ਨੀ ਬਾੜੇ ਵਾਲੇ ਦਾ ਖੜਾ, ਵਾਲੇ ਦਾਲੇ ਗਿਆ ਹੋਇਆ ਕੰਮ ਕਰ, ਖਾਲੀ ਹੋ ਗਿਆ ਅਰੇ ਵਾਲੇ ਦਾਲੇ ਗਿਆ ਹੋਇਆ ਉਹ ਆਪ ਤੂੰ ਪਰ ਦੇਖੋ ਸਮਾਨ ਵੀ ਤਾਂ ਹੀ ਬਣਦਾ ਜੇ ਕੰਮ ਬੰਦਾ ਕੰਮ ਕਰੇ, ਆਪਣੇ ਕਮਾਏ ਪੈਸੇ ਮਰਜ਼ੀ ਲਿਆਵੇ, ਮੈਨੂੰ ਕਿਹੜੀ ਫਿਰ ਦਾਦੀ, ਕੋਈ ਵੀ ਬੰਦਾ ਆਇਆ ਹੁਣ ਮਹਾਰਾਜ ਦੇ ਦਿਓ ਦੇ ਦਿਓ, ਜੇ ਹੱਥ ਲਾਉਂਗੇ ਤਾਂ ਮਿਲਣਾ ਬਾਈ, ਨਹੀਂ ਤਾਂ ਮਿਲਣਾ ਨੀ, ਮਹਾਰਾਜ ਨੇ ਗੇਟ ਖੋਲੂ ਥੋੜੀ ਛਿੜਕੇ, ਮਹਾਰਾਜ ਨੇ ਤਾਂ ਕਹਿਣਾ ਮਿਹਨਤ ਕਰ ਭਾਈ ਫੇਰ ਆਊ ਮਿਲਣਾ, ਇਹ ਸੀ ਭਾਈ ਹੈ ਕੁਦਰਤੀ ਆਪਾਂ ਭਾਗ ਕੇ ਦਿੰਦੇ, ਉਹਨਾਂ ਟਰੈਕਟਰ ਦੇ ਭਾਗ ਸਾਰਾ ਸੰਦਾ ਨਵਾਂ ਹੀ ਬਣਾਇਆ ਇਹਨੇ, ਆਈ ਨੇ ਭਾਈ, ਹਾਂ ਤੁਹਾਡੇ ਕੋਲ ਪਹਿਲਾਂ ਵੀ ਕੱਦਾ ਹੀ ਆ ਵੀਰੇ, ਟਰੈਕਟਰ ਸੰਦਾ ਬਹੁਤ ਬਣਾਇਆ ਟਰੈਕਟਰ ਹੈ ਤੁਹਾਡੇ ਕੋਲ, ਇਹਨੇ ਸੰਦਾ ਟਰੈਕਟਰ ਨੇ ਬਹੁਤ ਬਣਾਇਆ, ਮੈਨੂੰ ਐਂ ਦੱਸ ਦੇ ਤੁਹਾਡੇ ਕੋਲ ਪੁਰਾਣੀ ਚੀਜ਼ ਕਿਹੜੀ ਆ, ਮਲਗੀਰ ਸਾਡੇ ਕੋਲ ਤਵੀਆਂ ਇੱਕ ਇੱਕ ਮੈਂ ਆ, ਇਹ ਤਾਂ ਬਦਲਦੇ ਰਹੇ ਹੁਣ, ਉਹ ਤਵੀਆਂ ਦੇਖ ਲੈ ਪੁਰਾਣੀਆਂ ਹੁੰਦੀਆਂ ਬਸ, ਬਾਕੀ ਤਾਂ ਫਾਲੇ ਨਵੇਂ ਬਣਾ, ਅਸੀਂ ਉਹ ਵੀ ਪਾਉਣਾ ਯਾਰ, ਉਹ ਹੁਣ ਜੇ ਨਹੀਂ ਜਾਣਾ ਤੂੰ ਕਿਸੇ ਦਿਨ ਨਹੀਂ ਸਿੰਮੇ ਦਾ ਫੋਨ ਆਇਆ ਤੇਰਾ, ਉਹ ਕਰਿਆ ਪਾਇਆ ਉਹਨੂੰ, ਹਾਂ ਉਹਨੂੰ ਬਣਦਾ ਚੱਲ, ਉਹਨੂੰ ਸਵੇਰੇ ਡੋਲਾ ਡੂਣਾ ਲਵਾ ਦੂੰਗਾ ਪਰਸੋਂ, ਹਾਂ ਉਹਨੂੰ ਵੀ ਕਰਾ ਮਾਰ ਦਈਏ, ਹੋਰ ਕਿਆ ਜਿੱਦਾਂ ਕਿ ਖੱਲਿਆ ਤਵੀਆਂ ਨਾਲ, ਉਹ ਬਾਈ ਹੈਨ ਸਾਡੇ ਕੋਲ ਜਾਣਾ ਹੀ ਨਹੀਂ ਕਿਸੇ ਇੱਥੇ ਪਾਉਣਾ, ਉਰੀ ਪਾਉਣਾ ਉਰੀ ਕਿਤੇ ਨਹੀਂ ਜਾਣਾ, ਠੀਕ ਆ ਫੇਰ ਠੀਕ ਆ, ਕਿਆ ਹੋ ਗਿਆ ਉਇਓ ਕਰੀ ਜਾਂਦਾ, ਮੈਂ ਕਿਹਾ ਮਹਾ ਤੂੰ ਕੁਛ ਨਾ ਕਰ 735 ਮਗਰਾ ਚ ਥੋੜਾ 9 ਫੁੱਟ ਹੀ ਚੱਲਣ ਦੇ, ਮੈਂ ਪਾ ਲਿਆ ਇੱਕ ਫਾਂਟੇ ਲਾਉਣੀ ਨਾਲ ਚੱਕ ਲਿਆ, ਬਾਬਾ ਮੂਰੇ ਸੀ ਜਾਂਦਾ ਟਾਈਮ ਆ, ਤੂੰ ਵੀ ਕੰਮ ਸੱਤ ਬੁੜਾ ਪਾ ਲਉਂਦਾ ਹੋਣ ਲੱਗੀ ਆ, ਸੱਤ ਬੈਮ ਹੋਇਆ ਹੋਇਆ ਬਸ ਮੇਰੇ ਨਾਲ ਪਾਲਣ ਦਾ ਕੋਈ ਚਾਲ ਪੈਣਾ ਦਾ, ਸੱਤ ਬੁੜਾ ਦੇਖ ਲੈ, ਸੱਤ ਪਾ ਲਾ ਉਹਦੇ ਵਾਲਾ, ਸੱਤ ਪਿਆ 8 ਪਿਆ 9 ਪਿਆ, ਦਲਵੀਰ ਨਜ਼ਾਰਾ ਬਹੁਤ ਆਉਣਾ, ਮੈਂ ਤਾਂ ਦੱਸ ਗੱਲ ਗੱਲ ਦੇਦੇ ਵੀ ਨਹੀਂ ਗੱਲ ਵੀ ਕੰਮ ਕਰਨਾ ਪੈਣਾ, ਕਰਦਾ ਤਾਂ ਗੱਲ ਐਟਰ ਕੰਮ ਤਾਂ ਕਰਨਾ ਹੀ ਪੈਣਾ, ਮੈਂ ਕਰਨਾ ਪੈਣਾ ਬਾਈ, ਸੱਤ ਵੀ ਖੜਾ 8 ਵੀ ਹੁਣ 6 ਫੁੱਟ ਹੋ ਗਏ ਪਏ ਨੇ ਜੀ, ਕਰਾਈਏ ਯਾਰ ਹੁਣ, ਉਹ ਤਾਂ ਚੱਲਿਆ ਤਾਂ ਕਿਹੜਾ ਯਾਰ 100 ਘੰਟਾ 50 ਘੰਟੇ ਹੀ ਚੱਲਿਆ ਹੁਣ, ਜਿੱਦਾਂ ਲੈਂਦਾ ਪਹਿਲਾਂ ਸਰਵਿਸ ਦੇ ਬਾਅਦ ਜੀ ਕਰਾ ਕਿਹੜਾ ਆਹ ਫੋੜ ਆ ਫੁੱਫੜ ਨੇ ਕਰਾ ਕੇ ਖੜਾ ਦਿੱਤਾ ਵੈਸੇ, ਸਾਰਾ ਕਰੀਜਾ ਕਰਾ ਲਿਆ 50 ਘੰਟੇ ਮਸੀ ਚੱਲਿਆ, ਜਨਰੇਟਰ ਜਿਹਾ ਜੋੜ ਕੇ ਖੜਾਈ ਉਹਨੂੰ, ਹੁਣ ਜਨਰੇਟਰ ਚੱਲਣਾ,
ਹੁਣ ਤਾਂ ਲਾ ਕੇ ਜਨਰੇਟਰ ਲਾ ਕੇ ਥਾਪੀ ਦੇ ਦੇਣੀ ਬਸ ਇਹਦੇ ਬਾਅਦ ਸਾਨੂੰ ਸਿਖਾਉਣੀ ਵੀ ਚੱਲੀ ਜਾ ਲੈ ਤੇ ਲੋ ਹੈ ਜੀ ਪੈ ਦੇਖ ਲਾ ਕੱਢ ਕੇ ਕਣੀ ਚਮਕ ਦਾ ਚਿੱਟਾ ਬਾ ਫੇ ਠੀਕ ਉਹ ਚਲਾਈ ਨਹੀਂ ਤਾਂ ਹੋਈ ਵੀ ਸਾਬਾ ਤਾਂ ਫੁੱਫੜ ਨੇ ਕਿਹਾ ਤਾਂ ਜਿੱਦਣ ਲਿਆਂਦਾ ਵੀ ਸਰਵਿਸ ਕਹਿੰਦਾ ਹੁਣੀ ਕਰਾਈਏ ਜੀ ਸਾਰਾ ਸੀਐਲ ਵੀ ਬਦਲਿਆ ਤਾਂ ਖੜਾਈ ਆ ਹੁਣ ਤਾਂ ਸੀ ਸੂਐਲ ਸਭ ਕੁ ਬਦਲਿਆ ਮੇਰੇ ਵਾਲਾ ਲੈ ਜਿਓ ਖੜਾਈ ਆ ਨਾ ਸਾਡੇ ਵਾ ਹੈਗਾ ਹੋੜ 3600 ਦੂਜੇ ਰੰਗ ਦਾ ਗੱਡੀ ਚ ਗਲੀ ਚ ਲੱਡੂ ਵੰਡ ਗੋਰੀ ਆ ਤਾਂ ਉਹਨੇ ਕਿਹਾ ਜਾਂ ਅੰਕਲ ਨੇ ਉੱਥੋਂ ਉੱਥੇ ਮਾਰ ਕੇ ਭਾਉ ਵਾਲਾ ਲੈ ਜਿਓ ਗਰਨਾਮ ਨੇ ਕਹਿੰਦਾ ਉਹ ਮੱਕੀ ਵਾਲਾ ਬਾਈ ਨੀ ਮਾਜੀ ਆਹ ਇੱਧਰ ਚੱਲੀ ਜਾ ਉਹ ਤੂੰ ਲੈ ਜਾ ਹੋਲੈਂਡ ਕਹਿੰਦਾ ਬਾਹਲ ਖੇਤ ਜਿਹੜੇ ਬੋਣੇ ਆ ਦੋ ਚਾਰ ਦਿਨ ਕਹਿੰਦਾ ਰੱਖ ਲੈ ਕਰ ਲੈ ਬਿੱਲੀ ਖੜਾ ਕਹਿੰਦਾ ਇਹ ਨਾ ਬਾਈ ਬਾਈ ਮਹਿੰਦਰ ਦੀ ਗੱਲ ਮੈਂ ਮੇਰੇ ਨਾਲ ਬਾਈ ਮਹਿੰਦਰ ਆ ਮਰਜੀ ਪਈ ਆ 3600 ਖੜਾ ਹੀ 3600 ਕਰਾਂ ਵੀ ਗੱਲ ਪਰ ਆਓ ਹੁਣ ਜਿਹੜੀ ਗੱਲ ਪਰ ਚੱਲਦੇ ਤੇ ਹਾਂ ਕਿਹੜੀ ਗੱਲ ਗੱਲ ਛੱਡਤੀ ਤੁਸੀਂ ਰਾਤੇ ਜ ਕਿਹੜੀ ਗੱਲ ਪਾਸੇ ਨੂੰ ਵੜ ਗਏ ਕਿਹੜੀ ਗੱਲ ਤੇ ਇਹੋ ਕਿਹਾ ਵੀ ਰੂਰਾ ਵੀਟਰ ਪਾ ਕੇ ਦੇਖ ਅੱਗੇ ਵਾਲਾ ਹਾਂ ਪਾ ਚੱਲ ਪਰਖ ਹੋ ਜਾਣੀ ਫੇ ਵੇਚਣੇ ਦੀ ਲੋੜ ਨਹੀਂ ਇਹਦੇ ਪਰ ਲੈ ਰੈਟਰ ਲਿਆ ਇਹਦੇ ਪਰ ਮਰੂਤੀ ਸ਼ੋਰ ਖਾ ਦੇਣੀ ਆਪਾਂ ਨੇ 744 ਵਾਲੀ ਯਾਰ ਲਿਆ ਨੂੰ ਦੇਖਦੇ ਆ ਕੱਲ ਨੂੰ ਪੈਣਾ ਹੁਣ ਤਾਂ ਲੈ ਗਿਆ ਬੰਦਾ ਕੌਣ ਰੂਟਾ ਵੀਟਰ ਪਾ ਲੇ ਕੋਈ ਕੌਣ ਲੈ ਗਿਆ ਓਹੋ ਕੌਣ ਉਹ ਰੋਡੇ ਬਾਈ ਦੇ ਹਾਂ ਰੋਡੇ ਬਾਈ ਦੇ ਰੂਟਾ ਨਹੀਂ ਕਹਣਾ ਇੱਧਰ ਨਹੀਂ ਜਾਂਦਾ ਹਾਂ ਜਿੱਦਣ ਮੈਂ ਉੱਥੇ ਜਾਣਾ ਮੱਕੀ ਵਾਲਾ ਬਹੁਤ ਤੇਰਾ ਸਿਆੜ ਮਾਰਿਆ ਕਰਾਉਣਾ ਪੈਣਾ ਪਹਿਲਾਂ ਕਿਤੇ ਉੱਧਰ ਤੇ ਸਾਲਾ ਉਹੀ ਕੰਮ ਹੋ ਜਾਵੇ ਐਤਕੀ ਜੀਰੀ ਸੋਹਣੀ ਹੋ ਜਾਣੀ ਰੱਬ ਸੁੱਖ ਰੱਖੇ ਟਰੈਕਟਰ ਲਿਆਉਣਾ ਜੀਰੀ ਆਉਣੀ ਆ ਕਿਹੜਾ ਜਾਗੀ ਹੋਣੀ ਜਿਹੜੀ ਆ ਜੀਰੀ ਹੋਣੀ ਆ ਮੈਂ ਦੱਸਾਂ ਚੱਕਰ ਕਿਆ ਏ ਜੇ ਤਾਂ ਇਹਨੇ ਚਲਾਉਣਾ ਏ ਫਿਰ ਤਾਂ ਲੈ ਲਵੇ ਮਹਿੰਦਰੇ ਵਾਲਾ ਦਾ ਕੋਈ ਵੀ ਆ ਵਧੀਆ ਠੀਕ ਆ ਜੇ ਇਹਦੇ ਬਾਪੂ ਨੇ ਚਲਾਉਣਾ ਹੁਣ ਗਾ ਬਾਪੂ ਚਲਾਈ ਜਾਊਗਾ 744 ਲੈ ਲਵੇ ਉਹ ਕਿੱਥੇ ਬੈਠਣ ਦਿੰਦਾ ਇਹਨੂੰ ਇੰਨਾ ਕਾਹਦੇ ਨਹੀਂ ਬੈਠਣੇ ਤੇ ਚੱਲਦਾ ਹੀ ਨਹੀਂ ਹੈਗਾ ਬਹੁਤਾ ਉਹ ਬਾਈ ਅਸੀਂ ਦੇਖਿਆ ਇਹਨੇ ਇੱਥੇ ਮੋਟਰ ਪੱਤੇ ਸਾਹਮਣੇ ਰੇ ਵਾਲਾ ਟਰਾਲਾ ਬਸਾਤਾ ਉੱਥੇ ਖੇਤ ਮਾ 4 ਸਾਲ ਤੇ ਨਹੀਂ ਨਿਕਲੇ 4-5 ਸਾਲ ਪੁਰਾਣੀ ਗੱਲ ਦੱਸੀ ਹੈ ਠੀਕ ਆ ਇਹਦਾ ਬਾਪੂ ਗਿਆ ਡੋਲੇ ਡੋਲ ਕਹਿੰਦਾ ਖੜ ਜਾ ਉਹਨੇ ਕੱਢ ਕੇ ਰੇ ਵੀ ਪਾਤਾ ਗਿੱਲੇ 'ਚ ਫਿਰ ਓਏ ਮੇਰੀ ਗੱਲ ਸੁਣ ਲੈ ਜੇ ਬਦਲਣਾ ਹੋਇਆ ਨਾ ਸਾਨੂੰ ਜਦੋਂ ਨੇ ਮਹਿੰਦਰਾ ਟਰੈਕਟਰ ਸਭ ਤੋਂ ਵਧੀਆ ਸਭ ਤੋਂ ਵਧੀਆ 575 ਲੈ ਲਈ 475 ਲੈ ਲਈ ਆ ਗੱਗੇ ਵਾਲਾ 13 ਹਾਲਾਂ ਤੋਂ ਮੇਥੜੀਆਂ ਦਿੰਦਾ ਸਾਡੇ ਵਾਲਿਆਂ ਨੂੰ 85 ਠੀਕ ਆ ਟਰੈਕਟਰ ਜੀ ਦਾ ਖਰਚਾ ਘੱਟ ਹੈ ਗੱਗੇ ਦਾ ਬਾਪੂ ਕਹਿੰਦਾ ਮੈਂ ਤਾਂ ਉਹ ਫਾਲਿਆਂ ਪੈਸੇ ਲਾਉਣ ਲੱਗਿਆ ਤਾਂ ਕਹਿੰਦਾ ਟਰੈਕਟਰ ਤਾਂ ਲੈ ਲੂੰਗੇ ਮੈਂ ਤਾਂ ਜ਼ਰੂਰ ਲਾਉਣਾ ਚਾਹੁੰਦੇ ਤਾਂ ਹੈਗੇ 13 ਚੱਲਣ ਦੇ ਰੱਖ ਲੈ ਇਹ ਵੀ ਰੱਖ ਲੈਣਾ ਕਿੰਨੇ ਕੁ ਦੇਣੇ ਆ ਇਹਦੇ ਪੈਸੇ ਕਿਸੇ ਨੇ ਯਾਰ ਉਹ ਰੱਖ ਲੈ ਇਹ ਨਾ ਹਾਂ ਇਹ ਵੇਚਣਾ ਨਹੀਂ ਇਹ ਨਾ ਵੇਚੀ ਉਹ ਆ ਵਧੀਆ ਹੈ ਐਂਟਰ ਲੈ ਲੈ ਠੀਕ ਹੈ ਬਾਪੂ ਨੂੰ ਚਲਾਈ ਜਾਣ ਦੇ ਆ ਹਾਂ ਜਮੀਨ ਲਈ ਵੀ ਇੱਥੇ ਉਹ ਅੰਕਲ ਕਹਿੰਦਾ 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 ਮੈਂ ਮੈਸੀ ਰੱਖਿਆ 55-45 ਮੈਂ ਚਲਾਉਂਦਾ ਮੈਸੀ ਲੈ ਗਿਆ ਹਾਂ ਉਦਣ ਕਹਿੰਦਾ ਜੇ ਮੁੰਡੇ ਨੇ ਆਉਣਾ ਕਹਿੰਦਾ ਉਹਨੇ ਨੋਵੋ ਰੱਖਿਆ ਵਾ ਅਰਜਨ ਤੇਰੇ ਨਾਲ ਦਾ ਕਹਿੰਦਾ ਜਿਹੜਾ ਬਾਪੂ ਆ ਮੇਰਾ ਬਾਪ ਹੈ ਕਹਿੰਦਾ ਉਹਨੇ 36-10 ਰੱਖਿਆ ਵਾ ਦਰਿਆ ਨੂੰ ਲੱਗ ਜਾਂਦਾ 98 ਦਾ ਲੱਤਾ ਪਿਆ ਸੀ ਵੇਚਣਾ
ਸਰਕਾਰੀ ਮੁਲਾਜ਼ਮ ਰਿਟਾਇਰ ਨੀ ਹੁੰਦਾ, ਖੁਰਾਕ ਚਾਹੀਦੀ ਆ, ਖੁਰਾਕ ਉਹਨੂੰ ਖੁਰਾਕ ਹੁਣ ਦੇਤੀ ਉਹਨੂੰ, ਜਦ ਉਹਦਾ ਕੰਮੇ ਨੀ ਕਰਾਉਣਾ ਟਰੈਕਟਰ ਦਾ ਫਿਰ ਉਹਨੂੰ ਫਿਰ ਰਿਟਾਇਰ ਹੁੰਦਾ ਉਹ ਖੁਰਾਕ ਨੂੰ ਕਹਿੰਦਾ ਉਹਦਾ ਭੱਜਦਾ ਮਿਲ ਵੱਲੋਂ ਪੂਰਾ ਹੁਣ ਬਾਈ ਇਹ ਬਾਜਾਂ ਨੇ ਡੀਡੀ ਚੱਲਦਾ ਰੱਖੇ ਵੀ ਟਰੈਕਟਰ ਬੰਦੇ ਮੈਂ ਜਾਣ ਚਾਹੀਦੀ ਹੈ ਕੰਮ ਕਰਾਉਣੀ ਹੁੰਦੀ ਡਰਾਈਵਰ ਮਾੜਾ ਹੁੰਦਾ ਟਾਈਮ ਸਿਰ ਸਰਪਰ ਸੋਈ ਜਾ ਸਰ ਅਸੀਂ ਤਾਂ ਕਹਿ ਨੀ ਸਕਦੇ ਵੀ ਟਾਈਮ ਸਿਰ ਸਰਪਰ ਸੋ ਜੂਵੇ ਮੋਟਰਸਾਈਕਲ ਤੇਰਾ ਮੋਟਰਸਾਈਕਲ ਕਿੱਥੇ ਆ ਮੈਂ ਤੂੰ ਆਪਣਾ ਮੋਟਰਸਾਈਕਲ ਦੇ ਕੇ ਸਰਵਿਸ ਕਰਾ ਲਈ ਦੇਖਦਾ ਵੀ ਟਾਈਮ ਨਹੀਂ ਪਤਾ ਬਾਲਟੀ ਵੀ ਦੂਈ ਪਾਈ ਏਜੰਸੀ ਵਾਲੀ ਡਿਸਟ੍ਰੀਬਿਊਟਰ ਵਾਲੇ ਪੈਪਾਂ ਨੂੰ ਹੱਥ ਨੀ ਲੱਗਦਾ ਸ਼ਾਮ ਨੂੰ ਆਉਂਦਾ ਕੱਪੜੇ ਨਾਲ ਖੋਲਣੇ ਪੈਂਦੇ ਆ ਦੱਸਦੇ ਗਾਟੀ ਰਾਹੀਂ ਕਹਿੰਦੇ ਜਿਕਣਾ ਚੱਲਦੇ ਆ ਵੀ 400 ਤੋਂ 350 ਰੁਪਏ ਚਾਹੀਦੀ ਤੇਲ ਗਰਮ ਹੁੰਦਾ ਤੇਲ ਜਲਦਾ ਤੇਲ ਇੱਕ ਵਾਰ ਤਾਂ ਉਹ ਦਮ ਲੈ ਲਾ ਆ ਜਾ ਪਿਛਲੀ ਵਾਰ ਬਾਈ ਆਪਾਂ ਨੇ ਕਿਆ ਕਰਿਆ ਤਾ ਹਲ ਸੁਹਾਗੇ ਸੁੱਕੇ ਚ ਮਾਰਤੇ ਬਸ ਸੁਹਾਗਾ ਮਾਰਿਆ ਐਤਕੀ ਤਾਂ ਇੱਥੇ ਮੈਂ ਕਹਿੰਦਾ ਕਈ ਤਾਂ ਯਾਰ ਲੇਜ਼ਰ ਕਰਾ ਕੇ ਖੇਤ ਭਰੀ ਜਾਂਦੇ ਆ ਇਹ ਗੱਲ ਗਲਤ ਹੈ ਭਰਨਾ ਨੀ ਚਾਹੀਦਾ ਉਹ ਤੂੰ ਮੇਰੀ ਤਾਂ ਸੁਣ ਲਾ ਇਹਦਾ ਬਣਾ ਸੁੱਕੇ ਨੂੰ ਨਾ ਧੁੱਪ ਜ਼ਰੂਰੀ ਆ ਖੇਤਾਂ ਨੂੰ ਇਹਨਾਂ ਨੇ ਯਾਰ 4 ਮਹੀਨੇ ਪਾਣੀ ਮਾ ਰਹਿਣਾ ਖੇਤ ਨੇ ਉੱਲੀ ਨੂੰ ਜ਼ਿਆਦਾ ਉੱਲੀ ਜਦੇ ਚੱਲ ਪੈਂਦੀ ਦੁਬਾਰਾ ਜੇ ਆਪਾਂ ਗਿੱਲਾ ਕਰਤਾ ਹਾਂ ਉਹ ਤਾਂ ਹੈ ਉਹ ਆਹੀ ਤਾਂ ਟਾਈਮ ਹੁੰਦਾ ਮੇਰੀ ਗੱਲ ਸੁਣ ਬਾਈ ਜੀਰੀ ਵੱਡੀ ਤਾਂ ਨਾਲ ਲੱਗ ਗਈ ਤਾਂ ਕਣਕ ਬੀਜ ਦੇਣੀ ਖੇਤ ਨੂੰ ਤਾਂ ਤੇਰੇ ਨੂੰ ਹਵਾ ਪਈ ਤਾਂ ਸੁਹਾਗੇ ਨਾਲ ਦੱਬਤਾ ਉਹ ਲੇਜ਼ਰ ਕਰਾ ਕੇ ਫਲ ਮੰਗ ਕੇ ਫਲ ਮੰਗ ਕੇ ਲੇਜ਼ਰ ਮਾਰ ਕੇ ਮਾਰਤਾ ਫਲ ਦੀ ਪਾੜ ਪਾ ਕੇ ਛੱਡ ਦੇ ਖੁੱਲਾ ਛੱਡ ਦੇ ਰੜੀ ਜਾਣ ਦੂ ਜਿੰਨੇ ਰੰਗ ਨਿਕਲਦੇ ਆ ਸਾਰਾ ਜਿੰਨੀ ਧੁੱਪ ਪਊਗੀ ਖੇਤਾਂ ਨੂੰ ਉਨਾ ਵਧੀਆ ਰਹੂਗਾ ਉਹਦੇ ਚ ਵੀ ਆਪਾਂ ਪਾਣੀ ਛੱਡੀ ਜਾਈਏ ਲੇਜ਼ਰ ਕਰਾ ਕੇ ਮੂਲ ਮਤੀ ਵਾਲੀ ਗੱਲ ਕੋਈ ਵੀ ਚੀਜ਼ ਹੈ ਧੁੱਪ ਜ਼ਰੂਰੀ ਵੀ ਹੈ ਅੱਜ ਸੁਸਤੀ ਪਾਈ ਪਈ ਅੱਜ ਤੁਸੀਂ ਜ਼ਿਆਦਾ ਸਮਾਨ ਪਾ ਲਿਆ ਉਹਦੇ 'ਚ ਆ ਘੋਟੇ 'ਚ ਨਹੀਂ ਨਹੀਂ ਸੰਧਾਈ 'ਚ ਕਿਆ ਸੰਧਾਈ ਕਿਹੜੀ ਹੈ ਸਰਦਾਈ
ਬਾਈ ਸਰਦਾਈ ਅੱਜ ਜ਼ੋਰ ਖਾਇਆ ਉਹਨੇ ਪੂਰਾ ਜੋ ਸ਼ੱਕਰ ਜ਼ਿਆਦਾ ਬਾਈ ਵੀ ਤੀ ਸ਼ੱਕਰ ਵੀ ਜ਼ਿਆਦਾ ਤੀ ਮਾਲ ਵੀ ਬਹੁਤ ਆ ਬਦਾਮ ਆ ਕਾਜੂ ਦਾ ਦਾਦਾ ਬੰਦੇ ਘੱਟਦੇ ਅੱਜ ਬੰਦੇ ਘੱਟਦੇ ਪੀ ਸਾਰੇ ਗਾੜੀ ਬਣਾ ਯਾਰ ਗਾੜੀ ਬਣਾ ਲਿਆ ਚਾਹ 5 ਲੀਟਰ ਬਣਾਇਆ ਯਾਰ ਅੱਗੇ ਬਾ 13 ਲੀਟਰ ਉਹੀ ਤਾਂ ਹੈ ਪਤਲਾ ਹੋਵੇ ਨਾ ਜਿਵੇਂ ਉਹ ਮੋਟਰ ਬਣਦਾ ਹੁੰਦਾ ਦਾ ਅੱਜ ਤਾਂ ਮੈਂ ਵੀ ਇੱਕ ਗਲਾਸ ਪੀਤਾ ਏ ਨਿਗਰੇ ਬਹੁਤ ਆ ਨਿਗਰ ਦਾ ਗਾੜਾ ਦਾ ਇਹ ਤਾਂ ਐਲਾ ਜਿਹੜਾ ਮਿੱਟੀ ਦਾ ਗਲਾ ਪੀ ਲਿਆ ਹੁੰਦਾ ਇੰਨੀ ਨਿਗਰ ਜੱਗਾ ਕਹਿੰਦਾ ਸਾਲਾ ਸਾਹ ਨਹੀਂ ਆਉਂਦਾ ਮੈਂ ਬੜਾ ਔਖਾ ਯਾਰ ਜੱਗਾ ਉਧਰ ਜਾ ਕੇ ਡੰਡ ਲੱਗਿਆ ਜੱਗਾ ਕਰੇ ਨੇ ਮਾਰ ਦੇ ਤੂੰ ਨਿਗਰ ਉਹ ਗੱਗਾ ਕਹਿੰਦਾ ਉਹ ਜੱਗਾ ਕਹਿੰਦਾ ਅੱਜ ਗੱਗੇ ਨੇ ਮਾਰ ਦੇ ਦੇ ਅੱਜ ਮਜ਼ਬੂਤ ਚੀਜ਼ ਮਜ਼ਬੂਤ ਦੀ ਅੱਜ ਜੱਗੇ ਦੇ ਡੇਲੇ ਮਾਰ ਨੂੰ ਆਇਓ ਜਰਦੀ ਸਹਿ ਵੀ ਉਹਦਾ ਹੋ ਗਿਆ ਕਹਿੰਦਾ ਕਿਹੜਾ ਬਾਲ ਤਾਂ ਕਹਿੰਦਾ ਬਹੁਤ ਖੇਤੀ ਕੰਮ ਵੀ ਠੀਕ ਆ ਜ਼ੋਰ ਵਾਲਾ ਕੰਮ ਮੈਂ ਉੱਥੇ ਗਲਤ ਬਹਿ ਗਿਆ ਯਾਰ ਉੱਚਾ ਨੀਵਾਂ ਜ਼ਿਆਦਾ ਜ਼ੋਰ ਉੱਥੇ ਬਹਿ ਕੇ ਮਾਰ ਲਿਆ ਮਾਰਦੀ ਹੈ ਛੋਟਾ ਬੜਾ ਭਾਰੀ 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 ਮੁੱਲ ਲਿਆਉਂਗੇ ਬਣਾਵਾਂਗੇ ਦੱਬਦੇ ਦੱਬਣਾ ਨਾ ਪਵੇ ਆਇਓ ਚੱਲੇ ਬਸ ਨਿੰਮ ਚੱਕੋ ਦਵੀਆਂ ਦੇ ਘਰਾਂ ਪਈ ਨਿੰਮ ਗਿਰੀ ਹੋਈ ਹੈ ਯਾਰ ਉਹਦਾ ਬਣਾ ਲਓ ਉਹਦਾ ਸ਼ੇਪ ਜੀ ਬਣਾਓ ਆਪੇ ਬਣਾ ਲਓ ਚਾਹੇ ਉਹਦਾ ਚਾਹੇ ਕੋਈ ਚੱਕਰ ਨੀ ਲੋੜੇ ਨੀ ਯਾਰ ਉੱਥੇ ਹੇਠਾਂ ਦੇ ਹੇਠਾਂ ਲੋੜੇ ਦੀ ਮੀਨ ਕੁਛ ਨਾ ਕਰੋ ਮੋਛਾ ਲੈ ਜੋ ਕੱਟ ਕੇ ਉਹਦਾ ਮੋਛਾ ਕੱਟ ਕੇ ਲੈ ਜੋ ਸੋਨੀ ਨੇ ਬਣਾਇਆ ਕੱਟਣਾ ਕਾਹਦਾ ਕਹਾਂ ਥਿਆਰ ਚ ਮਰਜੀ ਕੱਟ ਲਓ ਕੱਟ ਕੇ ਉਹਨੂੰ ਬਣਵਾ ਲਿਓ ਹਾਂ ਐਡਾ ਸਾਥੀ ਪੈਂਦੀ ਆ ਬਾਈ ਥੱਲੇ ਫੜ ਕੇ ਆਏ ਹੋਰ ਪੈਂਦੀ ਸਾਥੀ ਠੰਡੇ ਜਿੰਨਾ ਭਾਰ ਹੋਊਗਾ ਬੰਦੇ ਦਾ ਜੋਰ ਘੱਟ ਲੱਗੂਗਾ ਆਪਣੇ ਆਪ ਕੁੱਟੀ ਜਾਂਦਾ ਉਹ ਰਗੜ ਨਹੀਂ ਹੁੰਦਾ ਆਪਾਂ ਨੂੰ ਬਾਈ ਕੁੱਟਣੇ ਆ ਰਗੜਨੇ ਚ ਬਹੁਤ ਫਰਕ ਆ ਹਾਂ ਰਗੜਨਾ ਹੁੰਦਾ ਆਪਾਂ ਦਾ ਨਾਲੇ ਕੱਲ ਹੁਣ ਉਹਦਾ ਮੈਂ ਰੋਕੀਆਂ ਵੀ ਹਾਲੇ ਕਿਹੜਾ ਰੋਕੀਆਂ ਬੱਬੀ ਰੇਹ ਨਹੀਂ ਪਾਉਣਾ ਰੇਹ ਕਿਹੜਾ ਪਾਇਆ ਮੈਨੂੰ ਮੈਂ ਇੱਕ ਇੱਕ ਥੈਲਾ ਇੱਕ ਝੋਲੀ ਪਾਈ ਛੋ 5-7 ਕਿਲੋ ਦੀ ਬਸ ਅੱਜ ਦੋ ਦੋ ਹੀ ਪਨੀਰੀਆਂ ਚ ਇੱਕ ਪਟਾਕੋ ਛੱਡੀ ਆ ਕੱਲ੍ਹ ਬਸ ਕਸਰ ਕਾਹਦੀ ਰਹਿ ਗਈ ਜਾਂ ਪਟਾਕੋ ਹੀ ਪਾਤੀ ਪਟਾਕੋ ਮਾੜੀ ਜੀ ਪਾਈ ਆ ਬਸ ਪਟਾਕੋ ਤਾਂ ਐਂ ਫਾਇਦਾ ਬਿਮਾਰੀ ਠਮਾਰੀ ਤਾਂ ਠੀਕ ਹੈ ਸਮਝਿਆ ਪਿਛਲੀ ਵਾਰ ਮੈਂ ਸੁੱਕੇ ਚ ਵਾਏ ਤੇ ਗੇਤ ਵਿੱਚ ਸਵਾਗਾ ਮਾਰਿਆ ਐਤਕੀ ਮੇਰੀ ਸੁਬਾਹ ਸਵਾਗੇ ਦੀ ਵੀ ਨੂਰ ਪਹਿਲਾਂ ਹੀ ਮਾਰ ਕੇ ਪਾਣੀ ਛੱਡ ਲਾ ਦੇਣਾ ਤੂੰ ਲੇਜਰ ਵਾਲੇ ਚਲਾ ਕੋਈ ਨੀ ਮੋਟਰ ਜੀ ਨਾ ਜੀਰੀ ਚੰਗੀ ਨਿਕਲੂਗੀ
ਪਹਿਲੀ ਵਾਰ ਜੀਰੀ ਲੱਗਣੀ ਉੱਥੇ 35-37-38-40 ਨਿਕਲੀ ਪੈ ਬਨਾਤ ਪਾਉਂਦੇ ਉਹ ਜੇ ਦੇਖਣੀ ਪਈ ਰਹਿਣੀ ਸੀ ਅਜੇ ਮੀਂਹ ਨੀ ਪਏ ਜੇ ਕੱਚਾ ਰੇ ਪੈ ਜਾਣਾ ਹੁਣ ਤੂੰ ਖੇਤ ਦੱਸ ਤੇਰੇ ਚਮਕਦੇ ਆ ਅੱਗੇ ਪਤਾ ਕੀ ਕਰਦੇ ਸੀ ਅੱਗੇ ਦਾਦਾ ਖੇਤ ਖੇਤ ਬੱਦਰੇ ਹੁੰਦੇ ਤੇ ਔਰ ਰੇਤੇ ਆ ਨਾ ਜਿੱਥੇ ਸਾਡੇ ਪਾਣੀ ਖੜ ਜਾਣਾ ਔਰ ਰੇਤੇ ਖੇਤ ਆ ਜਾਣਾ ਹਾਂ ਦੇਖ ਲੈ ਵੀ ਤੈਨੂੰ ਇੱਕ ਕਿਲਾ ਹੋਰ ਮਿਲ ਗਿਆ ਪੈਪਾਂ ਕਰਕੇ ਹੈ ਓਏ ਜਿੱਥੇ ਪਾਣੀ ਖੜ ਜਾਂਦਾ ਰੇਤੇ 'ਚ ਉੱਥੇ ਜਿੱਥੇ ਮੀਂਹ ਪ੍ਰਸਾਦ ਦਾ ਪਾਣੀ ਖੜ ਗਿਆ ਪ੍ਰਸਾਦਾਂ ਵੀ ਚੰਗੀਆਂ ਲੱਗਦੀਆਂ ਹੁੰਦੀਆਂ ਝੜੀਆਂ ਲੱਗਦੀਆਂ ਹੁੰਦੀਆਂ 8-10 ਦਿਨ ਦੀਆਂ ਹੁਣ ਤਾਂ ਝੜੀ ਲੱਗਦੀ ਹੁੰਦੀ ਖੇਤ ਤਾਂ ਹੋਰ ਵੀ ਲਾ ਲੈਣੇ ਇੱਕੜੇ ਹੋ ਜਾਂਦੇ ਤੇ ਮਾਰੂਗੇ ਸਮਝਿਆ ਹੁਣ ਵੀ ਝਾੜੀ ਹੁਣ ਤਾਂ ਮੀਂਹ ਪੈਂਦੇ ਜੇ ਪੈਂਦੇ ਸਾਡੇ ਡਬੋ ਦਿੰਦੇ ਆ ਨਹੀਂ ਝਾੜੀ ਲੱਗੇ ਕਰਦੀ 8-8 ਦਿਨ ਦੀ ਖੇਤ ਅਰਸ ਵੀ ਉੱਥੇ ਕਿੱਲਾ ਹੋਰ ਮਿਲਦਾ ਨਹੀਂ ਛੱਡ ਗਾ ਉਹ ਉਹਦਾ ਰੌਲਾ ਜਾ ਕੋਈ ਮੈਂ ਕਾਹਨੂੰ ਵਿੱਚ ਫਸਣਾ ਚੱਲ ਕੋਈ ਨਾ ਆ ਬਥੇਰੇ ਰੌਲਾ ਮੁੱਕੇ ਤੇ ਲੈ ਲਿਓ 2-2.5 ਕਿੱਲੇ ਹੋ ਜਾਣੇ ਆਪਣੇ ਉੱਥੇ ਆਓ ਬਈ ਠੀਕ ਆ ਗੱਲ ਠੀਕ ਨਹੀਂ ਸੀ ਪਏ ਹਾਂ ਜ਼ਰੂਰ ਰੌਲੇ ਜੇ ਫਸਣਾ ਆਓ ਕਿਤੇ ਜੀਰੀ ਹੋਰ ਵੱਢ ਲੈ ਜਵੇ ਕੋਈ ਕਵਰੇ ਕਿਆ ਕਰ ਦੇਣਾ ਅਗਲੇ ਨੇ ਨਾ ਨਾ ਠੀਕ ਆ ਲੋੜੇ ਨਹੀਂ ਇੱਥੇ ਰੌਲਾ ਉੱਥੇ ਨਾ ਜਾਓ ਬਸ ਤੇ ਜਾਓ ਹੀ ਨਾ ਹਾਂ ਸਾਫ ਸੁਥਰੀ ਜ਼ਮੀਨ ਲਓ ਪਕਾਇਆ ਬਦਲਣੀ ਦੀ ਬੋਲੀ ਹੈ ਯਾਰ ਬੋਲੀ ਪਕਾਇਆ ਬਦਲਣੀ ਦੀ ਨਹੀਂ ਚਾਰਨ ਵਾਲਾ ਪੈਣੀ ਹੈ ਜੀ ਪਕਾਇਆ ਬਾਲੂ ਬਦਲਣੀ ਦੀ ਹੈ ਹਾਂ ਉੱਥੇ ਗਿਆ ਤੂੰ ਹੋ ਗਏ 1100 ਦੀ ਲੈਂਥ ਆ ਚਾਰ ਕਿੰਨੀਆਂ ਹੋਈਆਂ 5000 ਹੈ ਇੱਕ ਟੀ ਪੈਣੀ ਦੀ ਸੀ ਭੇ 5000 ਦਾ ਤੇਲ ਤੇਲ ਵੀ ਤਾਂ ਫੂਕਣਾ ਹੀ ਤਾਂ4 ਕਿੱਲੇ ਪਾਣੀ ਨੀ ਬੋਰ ਇੱਕ ਬਸ ਸਮਾਤੀ ਪਲ ਪਾਈ ਵੀ ਪਾਣੀ ਕੱਢ ਦੇਣਾ ਜਨਰੇਟਰ ਚੱਲੂਗਾ ਤਾਂ ਪਾਣੀ ਕੱਢਣਾ ਮੈਂ ਉਹਦਾ ਪਾਣੀ 70,000 ਨੂੰ ਜਨਰੇਟਰ ਪਾਣੀ ਦਾ ਮੁੱਕਦਾ ਨਹੀਂ ਤਾਂ ਹੁੰਦਾ ਮੈਂ ਸਾਰੇ ਕਾਜ ਦੇ ਸਾਰੇ ਪ੍ਰਸਾਦ ਫਿਰ ਇਹ ਸਾਹਮਣੇ ਸਾਡੀ 80,000 ਦੀ ਹੈਗੀ ਉਹ ਨਾਲੇ ਰੋਡ ਪਰ ਟੱਕ ਹੁੰਦੀ ਰੋਡ ਪਰ ਇਕੱਠਾ ਟੱਕ ਕਹਿੰਗੇ ਹੈ ਅੰਬ ਲੱਗਿਆ ਪਿਆ ਦੇਖ ਲੈ ਕਿਹੜੇ ਹਿਸਾਬ ਨਾਲ ਜ਼ਮੀਨਾਂ ਪੱਧਰੀਆਂ ਹੋ ਗਿਆ ਪਾਣੀ ਆਵੇ ਹੁਣ ਆਲੇ ਦੁਆਲੇ ਨੱਠ ਗਏ ਜਿਹੜੇ ਪਾਣੀ ਉੱਥੇ ਜਾਂਦੇ ਆਪਣੇ ਪਿੰਡ ਆਉਂਦੇ ਹੁਣ ਆਉਂਦੇ ਕਿ ਨਹੀਂ ਆਉਂਦੇ ਆ ਇਹ ਪਾਣੀ ਸੂਹ ਜਾਇਆ ਕਰਦਾ ਤਾਂ ਬੰਦੇ ਨੂੰ ਸੂਆ ਆਇਆ ਬੰਦੇ ਲੱਖ ਨੀ ਦਿੰਦਾ ਜੇ ਪਾਣੀ ਪੂਰਾ ਆ ਜਾਂਦਾ ਪ੍ਰਸਾਦ ਚ ਇਹਨਾਂ ਦੀ ਵੀ ਸੁਣ ਲਾ ਦੇਖ ਲੈ
ਇਹ ਤਾਂ ਕਹਿੰਦਾ ਚਾਚੇ ਨੇ ਸੈੱਟ ਲਾਤਾ ਹੁਣ ਕਸਾ ਰਹਿ ਗਈ ਲਾਤਾ ਤੂੰ ਤੈਨੂੰ ਝੂਠ ਦੱਸਦਾ ਹੋਗਾ ਝੂਠ ਬੋਲਦਾ ਤੂੰ ਇਹ ਤਾਂ ਸਾਡਾ ਸੂਏ ਗੱਲ ਪੱਤਰੇ ਹੋਏ ਤੇ ਸਾਹਿਬ ਜੀ ਬੈਠਾ ਸੂਏ ਭਾਈ ਪਿੰਡ ਦਾ ਕਰ ਲਿਆ ਇਕੱਠ ਹਾਂਜੀ ਨਾ ਹੁਣ ਸੁਣੀ ਜਾਇਓ ਕਹਿੰਦੇ ਵੀ ਪਹਾ ਭਰਨਾ ਹਾ ਉਹਦੇ ਤੇ ਦੇ ਕੇ ਸੂਏ ਥਾਈ ਸਾਰੇ ਪਿੰਡ ਨੇ ਇਕੱਠਾ ਇਕੱਠ ਕਰ ਲਿਆ ਕਹਿੰਦੇ ਵੀ ਮਿੱਟੀ ਪਾਉਣੀ ਹੈ ਜੀ ਕਹਿੰਦੇ ਜੀ ਇਹ ਸਾਰੇ ਮੰਨ ਗਏ ਜੀ ਲੱਗਦਾ ਤਾਂ ਇਹਨਾਂ ਦੇ ਲੱਗਦੇ ਦੇਖ 6-7 ਕਿੱਲੇ ਗਾਹਾਂ 6 ਕਿੱਲੇ ਉਰੇ ਕਹਿੰਦੇ ਅਸੀਂ ਨਹੀਂ ਜੀ ਪਾਉਣੀ ਹੈ ਨਾ ਟਰੈਕਟਰ ਲਾਉਣਾ ਇਹਨਾਂ ਦੇ ਬੁੜੇ ਹੁੰਦੇ ਅੜਬਾ ਜਿਹੜੇ ਬਾਬੇ ਰਾਹੀਂ ਤੇ ਇਹਨਾਂ ਦਾ ਫਰਕ ਪੈ ਗਿਆ ਬਹੁਤ ਗਾਹਾਂ ਉਹ ਬਹੁਤ ਅੜਬ ਹੁੰਦੇ ਤੇ ਕਹਿੰਦੇ ਅਸੀਂ ਨੀ ਜੀ ਨਾ ਮਿੱਟੀ ਪਾਉਣੀ ਨਾ ਹੋਰ ਕਰਨਾ ਕਵਾਲ ਹੁੰਦਾ ਤਾਂ ਸਰਪੰਚ ਕਾਲੇ ਦਾ ਉਹ ਕਾਲੇ ਦਾ ਜੀਂਦੇ ਹਾਂ ਭਾਈ ਉਹਨੇ ਕਹਿੰਦਾ ਵੀ ਐਂ ਕਰੋ ਵੀ ਹੁਣ ਇਹਨੇ ਲੂਠ ਨੀ ਆਉਣਾ ਇੱਕ ਪਹਾ ਇਹ 3 ਇਕੱਠੇ ਦਾ ਕਹਿੰਦੇ ਵੀ ਖਾਈਆਂ ਪਾ ਲਓ ਲਾਗ ਲਾਗ ਇਹਨਾਂ ਦੇ ਲਾਏ ਤੇ ਤੂੰ ਤਾਂ ਬਹੁਤ ਦਰਖਤ ਹੁੰਦੇ ਇਹਨਾਂ ਦੇ ਉਰੇ ਜਾਂ ਪੱਟਣ ਲੱਗੇ ਫਿਰ ਲਾਗ ਨੂੰ ਕਹਿੰਦੇ ਨਹੀਂ ਅਸੀਂ ਟਰੈਕਟਰ ਲਾਉਂਦੇ ਪਾਉਂਦਾ ਡੀ ਡੀ ਚੌਂਦਾ ਸੂਏ ਜਲ ਪੱਧਰ ਕਰੇ ਆ ਇਹ ਇਹਦਾ ਡੀ ਡੀ ਜਾਵਾ ਚੱਲਦਾ ਰਿਹਾ ਫਿਰ ਇੱਥੇ ਟਰੈਕਟਰ ਹੁੰਦਾ ਤੇ ਪਿੰਡ ਮਾ 5-4 ਚੱਲਿਆ ਤਾਂ ਫੇਰ ਸਾਡਾ ਹੀ ਚੱਲਣਾ ਹੀ ਤਾਂ ਫਿਰ ਫਿਰ ਜਾਂ ਪਤਾ ਵੀ ਦਰਖਤ ਗਿਰਨੇ ਹੁਣ ਫੇਰ ਚੱਲੇ ਆਹ ਗਿਰਨੇ ਖਾ ਬਾਬੇ ਨਾਲ ਬਾਬੇ ਦਾ ਹੱਥ ਰੱਖ ਲੈਣਾ ਦਾ ਉਹ ਹੱਥ ਨਾਲ ਸਿੱਟਾ ਦੇਈ ਜੜਦਾ ਆਪਣੇ ਹੱਥ ਫੜ ਕੇ ਨਹੀਂ ਨਹੀਂ ਪੰਜਾਂ ਚ ਪਾ ਲੈਣਾ ਦਾ ਜਦ ਪਨੀਰੀ ਬੀਜਣੀ ਹੁੰਦੀ ਪੰਜੇ ਵਸਤ ਲਾ ਕੇ ਨਾ ਨਾ ਉਹ ਪਨੀਰੀ ਵਾਲੀ ਵਿੱਚ ਛਿੜ ਲਿਆ ਹੱਥ ਬਾਅਦ ਚੋਂ ਕੱਢਤਾ ਰੀੜੀ ਜਾਉਂਦਾ ਇਹ ਆ ਗੰਨੇ ਨੂੰ ਪਾਣੀ ਲਾਵੇ ਆਣਕ ਵਾਣ ਦਾ ਭਰ ਦਿੰਦੇ ਆ ਰੀੜੀ ਜਾਉਂਦਾ ਟਰੈਕਟਰ ਹੁੰਦਾ ਇਹਦਾ 20 ਸਾਲ ਦੇ ਬੁੱਢਾ ਸਾਹਿਬ ਉਹ ਹੋ ਜਵੇ ਸਿਖਾ ਦੇ ਉਹਨੂੰ ਹੈ ਹੈ ਨਾ ਬਹੁਤ ਉਹ ਤੇ ਇਹਨਾਂ ਦੇ ਮਾਹੌਲ ਦੀ ਗੱਲ ਹੈ ਬਹੁਤ ਜਿਹੜੇ ਜੂਨ ਲਾ ਕਰਕੇ ਸੁੱਕ ਜਾਂਦੇ ਬਾੜੇ ਦੀ ਇੱਕ ਕਿਸਮ ਦੀ ਯਾ ਸਾਡੇ ਦੇ ਲੈ ਤੂੰ ਟੋਕਰੀ ਹੁਣ ਮੁੱਕਣ ਲੱਗੀਆਂ ਜਦ ਤਾਂ ਪਹਿਲਾਂ ਟੋਕਰੀ ਉਹ ਤਾਂ ਹੁਣ ਅਸੀਂ ਮੁੱਲ ਲੈ ਕੇ ਆਉਂਦੇ ਆ ਪਹਿਲਾਂ ਟੋਕਰੀਆਂ ਨਹੀਂ ਮੁੱਕਦੇ ਹੁੰਦੇ ਤੇ ਸਾਡੇ ਜਦ ਤੇ ਮੜੀ ਜੀ ਸੋਜੀ ਜੀ ਆ ਇਹ ਜੇ ਤੇ ਰਾਹ ਜਾਮਣ ਵਰ ਕੇ ਹਾਂ ਇੱਕ ਵਾਰੀ ਅੰਬ ਵੀ ਵੜਤਾ ਰਿਹਾ ਤੁਹਾਡੇ ਰਾਤ ਨੂੰ ਹਾਂ ਹੈ ਅੰਬ ਵੱਟਿਆ ਦੇ ਨੇ ਅੰਬਿਆਂ ਦੇ ਰੁਕਿਆ ਕਿਸੇ ਨੂੰ ਵੜਤਾ ਰ ਹੈ ਅੰਬਿਆਂ ਦੇ ਰੁਕਿਆ ਦੇ ਅੰਬਿਆਂ ਉਹ ਤਾਂ ਹੋ ਗਿਆ ਬਾਬੇ ਤੇ ਉਹ ਨਹੀਂ ਬਣ ਦਿੰਦੇ ਦੇ ਨਾ ਬਾਬੇ ਹੈਗੇ ਤੇ ਅੜਬੇ ਨਾ ਦੇ ਬਾਬੇ ਦੇ ਅੜਬੇ ਨਾ ਦੇ ਸਾਡੀ ਅੰਬੀਆਂ ਕਹਿੰਦਾ ਸਾਡਾ ਹੀ ਜਬੱਚਾ ਨਾਈ ਜਾਂਦੇ ਸਾਡੀ ਅੰਬੇ ਖਾਈ ਜਾਂਦੇ ਕਹਿੰਦਾ ਰਾਜ ਕੋਈ ਅੰਬੇ ਵੱਟ ਗਿਆ ਅੰਬੇ ਅੰਬੇ ਵੱਟ ਗਿਆ ਆਈ ਵੀ ਨਾ ਚਾਚੇ ਵੱਡਿਆ ਕਹਿੰਦਾ ਵਾਲਾ ਖਜੂਰ ਵੱਢ ਕੇ ਰਸਤੇ ਰੱਖੀ ਹੋਈ ਪਈ ਹੋਗਾ ਰਸਤੇ ਮਾ ਅਸੀਂ ਖਿੱਚ ਕੇ ਲਿਆਂਦੀ ਟਰੈਕਟਰ ਵੀ ਅੱਗ ਲਾ ਲੂੰਗੇ ਸੜੀਆਂ ਚੜੀ ਜਾਣਾ ਕਹਿੰਦਾ ਮੈਂ ਤਾਂ ਸਦੀਰ ਚੜਾਉਣਾ ਤੁਸੀਂ ਖਜੂਰ ਖਿੱਚ ਲਿਆ ਆਪਣੇ ਸੰਦ ਕਹਿੰਦਾ ਤੁਸੀਂ ਤੋੜਦੇ ਨੀ ਸਾਡੇ ਪਾਈ ਜਾਂਦੇ ਆ ਮੈਂ ਕਿਹਾ ਬਾਲੇ ਲੈਣ ਗਏ ਬੋਲੇ ਕਹਿੰਦਾ ਆਪਣੇ ਸੰਦ ਤੋੜਦੇ ਨੀ ਹੈਗੇ
ਦੂਏ ਦਾ ਤੋੜੀ ਜਾਂਦੇ ਆ, ਇਹੀ ਤਾਂ ਕਹਿੰਦਾ ਤੁਹਾਡੀ ਸਿਆਸਤ ਆ, ਆਪਣੇ ਸੰਤ ਤੁਸੀਂ ਖੜੇ ਕਰੇ ਵੀ ਸਾਡੇ ਪਾਈ ਜਾਂਦੇ ਓਹਦੇ ਕਰਕੇ ਕਰਦਾ ਹੁੰਦਾ ਪੁਰਾਣੇ ਬੜੇ ਅੜਬ ਬਹੁਤ ਪੈਂਥਰ ਨੀ ਸੀ ਮੇਰੇ ਕੋਲ, ਇਹਨਾਂ ਨੇ ਅੰਦਰ ਖੜਾਈ ਵੀ ਉਹ ਛੱਟਰ ਵਾਲੇ ਚ ਖੜਾਉਂਦਾ ਹੁੰਦਾ ਜਿੱਥੇ ਪੈਂਦਾ ਤਾ, ਉਹ ਬਾਹਰ ਉਹਦੇ ਥੱਲੇ ਪਏ ਆ, ਇਹ ਕਹਿੰਦੇ ਮੰਡ ਵਾਲੇ ਰੋਟੀ ਖਾ ਕੇ ਆਉਣੀ ਆ, ਹਾਂ ਮੈਨੂੰ ਇਹਨਾਂ ਨੇ ਦੇ ਪੰਪ, ਅਮਨ ਨੇ ਮੈਨੂੰ ਭੇਜ ਤਾ, ਮੈਂ ਰੜੋਈ ਉੱਕਣਾ ਹੀ ਰੜੋ ਕੇ ਬਾਹਰ ਨੂੰ ਕੱਢ ਲਈ, ਉਹ ਸ਼ਟਰ ਦੇ ਉੱਲੇ ਚ ਅਮਨ ਨੇ ਮਾਰ ਲਈ ਕਿੱਕ, ਉਹਨੂੰ ਵੇ ਵੇ ਸੁਣ ਕੇ ਆਪਦਾ ਇਹ ਭੱਜ ਗਏ ਸਾਰੇ, ਮੇਰੇ ਜੋਟ ਕਰਦੇ ਮੈਨੂੰ ਕੱਦਾ ਟਪਾਈਆ, ਪੈਂਚਰ ਨੀ ਚੜਦਾ ਤਾ, ਬਾਅਦ ਚੋ ਬਹੁਤ ਖੁੱਲੀ ਮੈਂ, ਮੈਂ ਚੜਦਾ ਹੀ ਨੀ ਤਾਂ ਚੱਕੀ ਉਭਰੀ ਜਾਂਦਾ ਤਾ, ਉਹ ਸਾਈਕਲ ਜਾ ਹੈ ਘੈਂਟ ਦਾ, ਮੈਨੂੰ ਕਹੇ ਕਰਦਾ ਥੋੜਾ ਬੜਾ ਹੋ ਜਾ ਪੜ੍ਹ ਲਾ ਪਹਿਲਾਂ ਫਿਰ ਤੈਨੂੰ ਦਵਾਉਂਗਾ ਘੋੜੀ, ਕਹਿੰਦਾ ਮੈਨੂੰ ਬਹੁਤ ਕਹੇ ਕਰਦਾ ਤਾ, ਉਹਦਾ ਯਾਰ ਉਹ ਸ਼ੌਕੀਨ ਬਹੁਤ ਆ, ਬੱਕਰੇ ਸੁਣ ਲਾ ਮੈਂ ਪਾਲਦਾ ਮਰ ਗਿਆ, ਮੈਨੂੰ ਲੈ ਕੇ ਦੇ ਤੇ, ਮੈਂ ਪਾਲਦਾ ਮਰ ਗਿਆ, ਮੈਂ ਸੁੱਤਾ ਪਈ ਰਹਿ ਗਿਆ, ਜੇ ਟੱਗ ਲਿਆ ਉੱਪਰ ਚਾਰ ਪਾ ਲਿਆ ਦਾ ਬਹੁਤ ਸ਼ੌਕੀਨ ਤਾ ਅਮਨਪੁਰ, ਜੇ 500 ਲਾ ਦੋ, 200 ਲਾ ਦੋ, 100 ਲਾ ਦੋ, ਐ ਲਾ ਦਿੰਦਾ ਜਦੇ ਨੋਟ, ਪੈਸੇ ਲਾਉਂਦਾ ਆ ਜੀ ਜੀ ਬਰਬਾਦ ਕਰ ਦਿੰਦਾ, ਚਲੋ ਜਿੰਦਗੀ ਛਿੱਕੇ ਮਸ਼ੀਨ ਗਏ ਤੈਨੂੰ
ਸੱਤ ਛੱਕੇ ਮਾਰੇ ਹੋਰ ਜੀ ਨੇ ਇੱਕ ਚ ਨੂੰ ਬਾਬੂ ਛੱਕਾ ਕੰਪਿਊਟਰ ਪੱਕੀ ਗੱਲ ਆ ਜਦੋਂ ਇੱਕ ਗਾਨਾ ਕਰਨ ਆਉਣਾ ਤੇ ਟੱਪੇ ਇੱਥੇ ਕਹੂਗਾ ਹੁਣ ਜਦੇ ਮਿਲ ਕੇ ਡਿੰਗਾ ਹੀ ਆ ਜਦੇ ਇਹ ਤਾਂ ਕਿਆ ਕਹਿਣਾ ਇਹਦਾ ਮੈਚ ਇਹ ਉਹ ਮਹਾਂਪੁਰਸ਼ ਆ ਜੀ ਦੇਖੋ ਇਹਨੇ ਬੈਟ ਘੁਮਾਉਣਾ ਉਹ ਖੜਾ ਆਪਣਾ ਪਿੱਛੇ ਇਹਨੇ ਇੱਕ ਅੱਧੀ ਬਾਲ ਖੇਲਣੀ ਆਊਟ ਹੋ ਜਾਣਾ ਇਹਨੇ ਕਹਿਣਾ ਮੰਗ ਆਉਂਦੀ ਹੈ ਪਿੱਛੇ ਆਪਣੇ ਦੀ ਬਿੱਤੀ ਕਹਿੰਦਾ ਮੈਂ ਲਊਂਗਾ ਪਹਿਲਾਂ ਪਿੱਛੇ ਬਣ ਹੁਣ ਹੈ ਹੀ ਨੀ ਨਿਆਣੇ ਫੋਨਾਂ ਚ ਸਾਰਾ ਦੇਸ਼ ਫੋਨਾਂ ਨੇ ਕਾਠ ਮਾਰਤਾ ਹੁਣ ਕਿਹੜਾ ਕ੍ਰਿਕਟ ਖੇਲ ਨਿਆਣੇ ਹੋ ਰਹੇ ਯਾਰ ਨਹੀਂ ਆਹ ਟਾਈਮ ਤਾਂ ਯਾਰ ਅਸੀਂ ਪਿੱਛਾ ਬਣਾਉਂਦੇ ਹੁੰਦੇ ਤੇ ਬੁਰੇ ਹਾਲ ਨਾ ਡੰਡੇ ਗਾਣੇ ਗੱਗੇ ਪਿੱਚ ਛੱਡਦੀ ਸਾਡੀ ਹਲੇ ਜਦ ਤੱਕ ਜੀ ਨਹੀਂ ਲੱਗਦੀ ਬਹੁਤ ਕਰਾਏ ਟੂਰਨਾਮੈਂਟ ਦੋ ਤਿੰਨ ਟੂਰਨਾਮੈਂਟ ਕਰਾਏ ਚੱਲ ਭਾਈ ਟਾਈਮ ਟਾਈਮ ਦੀਆਂ ਗੱਲਾਂ ਪਤਾ ਵੀ ਨਹੀਂ ਕਰਾਉਂਦੇ ਚੱਲੀ ਪਤਾ ਨਹੀਂ ਭਾਈ ਜਦ ਤੂੰ ਪੈਂਦੀ ਲੱਗਦੀ ਪਤਾ ਨਹੀਂ ਤੂੰ ਪੈਂਦੀ ਚੱਲਦੀ ਹੁੰਦਾ ਤਿਤਲੀਆਂ ਫੜੀਆਂ ਦੁਪਹਿਰੇ ਨਹੀਂ ਕੰਮ ਦਾ ਮੈਂ ਦੇਖਿਆ ਮੈਨੂੰ ਯਾਦ ਆ ਹੁੰਦੇ ਨੀ ਗੈਡ ਫਾਹੀ ਉੱਡਦੇ ਕਿਆ ਹੁੰਦੇ ਹਾਂ ਉਹ ਫੜਦਾ ਫਿਰੀ ਜਾਂਦਾ ਇਹ ਰੀਲ ਦੋ ਰੁਪਏ ਦੀ ਰੀਲ ਕਰਦੀ ਛੱਡ ਦੇਣੀ ਰੀਲ ਪਿੱਛੇ ਪੂਛ ਨੂੰ ਬਹੁਤੀ ਦੇਰ ਨੀ ਦਿੱਲੇ ਵਜਨ ਚੱਕਦੀ ਹੁੰਦੀ ਬੱਬੀ ਨੇ ਜਾ ਕੁੱਤਾ ਛੱਡਿਆ ਤਾ ਜੇ ਲਾ ਵਧੇ ਪਾ ਬੈਠਾ ਲੈਣ ਪਰ ਕਹਿੰਦਾ ਚੱਲ ਕੋਕੂ ਕੋਕੂ ਉੱਤੀ ਫੜਿਆ ਸਾਰਾ ਟਾਈਮ ਤਾਂ ਉਹ ਆ ਕਿੱਧਰ ਨੂੰ ਚੱਲਿਆ ਪਲੀਜ਼ ਦਿਖਣ ਚੱਲਿਆ ਹੁਣ ਟਾਈਮ ਹੀ ਨਹੀਂ ਹੈਗਾ ਫਰਕ ਪੈ ਗਿਆ ਹੁਣ ਕਿਹਦੇ ਪਰ ਟਾਈਮ ਆ ਬਾਈ ਜਿਹੋ ਜਿਹੇ ਮਰਜ਼ੀ ਆ ਸਮੇਂ ਚੰਗੇ ਦੇ ਫਿਲ ਬਸ ਬਸ ਬਾ ਜਿਹੋ ਜਿਹੇ ਮਰਜ਼ੀ ਦੇ ਬਾਈ ਠੀਕ ਤੇ ਅੱਜ 10 ਸਾਲ ਬਾਅਦ ਤੁਸੀਂ ਗੱਲੇ ਵੀ ਕਰਨੀ ਵੀ ਆ ਬੈਠੇ ਹੁੰਦੇ ਇਕੱਠੇ ਵੀ ਸਮਾਂ ਚੰਗਾ ਤਾਂ ਹਾਂ ਇਹ ਵੀ ਚੰਗਾ ਹੀ ਆ ਅੱਜ ਵਾਲਾ ਵੀ ਠੀਕ ਆ ਆਪਣੇ ਵਾਸਤੇ ਆਪਣੇ ਪਿੰਡ ਦਾ ਠੀਕ ਆ ਹੋਰ ਦਾ ਆਪਾਂ ਕਹਿ ਨਹੀਂ ਸਕਦੇ ਹਾਂ ਆਪਣੇ ਪਿੰਡ ਦਾ ਠੀਕ ਆ ਬਾਈ ਹੋਰ 10 ਸਾਲ ਦਾ ਕਹਿਣਾ ਵੀ ਇਕੱਠੇ ਬੈਠ ਕਰਦੇ ਤੇ ਜਾਮਣ ਹੁੰਦੀ ਇੱਕ ਆਈ ਬਲੌਗ ਦਿਖਾਏ ਕਰਨੇ ਨਿਆਣੇ ਨੇ ਉੱਥੇ ਦੇਖ ਲਿਆ ਕਰਨੇ ਉਹ ਸਾਡਾ ਬੁੜਾ ਮਸ਼ਹੂਰ ਤਾਂ ਓਏ ਆਏ ਕੀ ਕਰਨਾ ਇੱਕ ਸਾਲ ਲੇਜ਼ਰ ਲਿਆਂਦਾ ਜੀ ਅਸੀਂ ਇੱਕ ਸਾਲ ਪਹਿਲੇ ਲੇਜ਼ਰ ਲਿਆਂਦਾ ਤੂੰ ਪੈਂਦੀ ਦੀ ਜਾਂਦਾ ਉਹ ਜਿਹੜਾ ਬੁੜੇ ਕੀ ਕਰਦੇ ਉਦੋਂ ਦੀ ਗੱਲ ਹੈ ਇਹ ਆਏ ਕੀ ਕਰਨਾ ਹੁਣ ਤਾਂ ਟਰੈਕਟਰਾਂ ਪਰ ਏਸੀ ਆ ਜਦ ਤਾਂ ਟਰੈਕਟਰਾਂ ਪਰ ਏਸੀ ਵੀ ਹੁੰਦੇ ਹੁੰਦੇ ਇੱਕੜੇ ਹੁੰਦੇ ਨੇ ਛੱਤਰੀ ਹੁੰਦੀ ਦੀ ਇੱਕ ਬਸ ਆਇਆ ਸਿੱਧੀ ਬਾਈ ਜਾਂ ਦੇਖ ਲਾ ਆ ਗਿੰਦਰ ਦਾ ਬੁੜਾ ਸਾਹ ਦੇ ਹੀ ਲੱਗੇ ਰਹਿੰਦਾ ਇਹਨਾਂ ਨੇ ਜ਼ਮੀਨ ਲੱਤੀ ਵੀ ਉਹ ਮੰਡ ਚ ਮੰਡ ਨੂੰ ਉਹ ਮੰਡ ਹਰਦੀਨ ਤੇ ਲੈ ਵੀ ਕੋਈ ਬੋਲੇ ਵੀ ਜ਼ਮੀਨ ਲੱਤੀ ਦੀ ਮੰਡ ਚ ਓਹ ਲੱਗੇ ਜਾ ਕੇ ਹੜ ਕੇ ਕੁੱਪ ਫੰਨ ਨਾਲ ਬੋਲੇ ਦੇ ਕੁੱਪੇ ਹੜ ਗਏ ਤੇ
ਕੋ ਪੜਦੇ ਜਾਵੇ ਮੰਡ ਗਿੰਦੀ ਨੂੰ ਸ਼ੁਕਰ ਆ ਜਾ ਯੂਟਿਊਬ ਨਹੀਂ ਸੀ ਹੈਗੀ ਕੋ ਪਾਏ ਜਾਣਾ ਇਧਰ ਨੂੰ ਬੰਨਣ ਲੱਗੇ ਜਾ ਕੇ ਉਧਰ ਜਾ ਕੇ ਬਾਜੀ ਬਸ ਇਹਦਾ ਟਾਈਮ ਲੰਘ ਗਿਆ ਵਧੀਆ ਵਧੀਆ ਵਾਹ 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 ਕਿ ਨਹੀਂ ਜਾਚੇ ਜਿੱਦਾਂ ਹੁਣ ਤੁਸੀਂ ਲੈਂਦੇ ਜ਼ਮੀਨ ਠੇਕੇ ਪਰ ਕਦੇ ਚਾਹ ਕੀਲੇ ਕਦੇ ਲੈ ਲੈ ਕਦੇ ਐਂ ਲੈ ਲੈ ਸਾਡੇ ਪਹਿਲਾਂ ਇਹ ਕੰਮ ਤਾਂ ਅਸੀਂ ਇਕੱਠੇ ਲੈ 50 ਕੀਲੇ ਦਾਦਾ ਜੀ ਤੁਸੀਂ ਫਿਰ ਨਾਨਾ ਸ਼ਿਕੰਦਰ ਜਾ ਰਹੇ ਬੋਲਿਆਂ ਦੇ ਉੱਪਰ ਆਪਣਾ ਸੰਭਲ ਕੇ ਰਹੇ ਹੋ ਵੀ ਇਕੱਠਾ 50 ਕੀਲੇ ਕਿਤੇ ਲੈਣੇ ਤੁਸੀਂ ਆ ਯਾਦ ਰੱਖੀ ਬਸ ਸਿੱਖਿਆ ਤੇਰੀ ਇਹੀ ਆ ਇਕੱਠੇ 10 ਲੈ ਕੇ ਤਾਂ 10 ਮਿਲ ਕੇ ਤਾਂ ਲੈ ਲਈ 50 ਨੇ ਇਕੱਠੇ ਲਈ ਉੱਥੇ ਤਾਂ ਨਹਿਰੀ ਪਾਣੀ ਦੇ ਨਾਲੇ ਕੁੱਟਲੇ ਖਾਲਦੀਆਂ ਸੀ ਉਹ ਇਹਨਾਂ ਪਾਣੀ ਚ ਜਾਣਾ ਇੰਨੀ ਕੁ ਬਾਹਰ ਰਹਿ ਜਾਣੀ ਇਹ ਠੀਕ ਆ ਠੀਕ ਖੜੀਆਂ ਬਜਾਈ ਚ ਇਹ ਪਤਾ ਨੀ ਛਿੱਟਾ ਹੀ ਪੁੱਠਾ ਦਿੰਦੇ ਜੱਗੇ ਦਾ ਵੀ ਦੇਖਿਆ ਮੈਂ ਪਤਾ ਨੀ ਯਾਰ ਜੰਮ ਨੀ ਸਹੀ ਆਇਆ ਪਨੀਰੀ ਦਾ ਕੱਲਾ ਕੱਲਾ ਯਾਰ ਦਾਣਾ ਜੰਮਿਆ ਪਿਆ ਮੇਰਾ ਦੇਖ ਲਾ ਤੂੰ ਜੰਮ ਕੇ ਸਹੀ ਯਾਰ ਪਾਣੀ ਕਾਹਦੇ ਨੀ ਚਾਚੇ ਮੇਰੀ ਗੱਲ ਸੁਣ ਦੇਖ ਉਧਰ ਦੋ ਘੰਟੇ ਘੰਟੇ ਬਾਅਦ ਪਾਣੀ ਕੱਢਦਾ ਰਿਹਾ ਪਾ ਕੇ ਉਹਦਾ ਡਾਇਆ ਕਿੰਨਾ ਪਾਉਂਦਾ ਏ ਉਹ ਪਨੀਰੀ ਦਾ ਜਿਹੜੀ ਹੁਣ ਬੀਜੀ ਦੀ ਮੈਂ ਇੱਕ ਘੰਟੇ ਬਾਅਦ ਪਾਣੀ ਕੱਢਿਆ ਪੁੱਛੋ ਉਹ ਦੇਖ ਲੈ ਕਾਜੀ ਖੜੀ ਆ ਇਹ ਪਹਿਲਾਂ ਪਾਣੀ ਭਰ ਕੇ ਛੱਡ ਜਾਂਦੇ ਆ ਸਵੇਰੇ ਸੁੱਕੀ ਪਈ ਹੁੰਦੀ ਭਰਦੇ ਨੀ ਓ ਯਾਰ ਮੇਰੀ ਗੱਲ ਸੁਣ ਇੱਕ ਦਿਨ ਬਾਈ ਹਵਾ ਨੀ ਲਵਾਉਂਦੇ ਹਵਾ ਨੀ ਲੱਗਦੀ ਗਲਤ ਹੈ ਹਵਾ ਨੂੰ ਹਵਾ ਗਲਤ ਨਹੀਂ ਮੇਰੀ ਗੱਲ ਸੁਣ ਅੱਜ ਬੀਜੀ ਰਾਤ ਨੂੰ ਬੀਜੀ ਜਾਂਦੀ ਆ ਟਾਈਮ ਠੀਕ ਹੈ ਸਾਰੀ ਰਾਤ ਪਾਣੀ ਖੜਾ ਰਿਹਾ ਸਵੇਰੇ ਖਾਲੀ ਆ ਸ਼ਾਮ ਨੂੰ ਜਾ ਕੇ ਭਰਦੀ ਹੈ ਸ਼ਾਮ ਨੂੰ ਨਹੀਂ ਭਰਨੀ ਸਮਝੋ ਪਾਣੀ ਉਹਨੂੰ ਫੇਰ ਲਾ ਉਹਨੂੰ ਗਿੱਲੀ ਕਰ ਸਾਰੀ ਓਬੇ ਉਹੀ ਹੋ ਗਿਆ ਸ਼ਾਮ ਨਾਲ ਸਵੇਰੇ ਦਾ ਸਵੇਰੇ ਹੀ ਲਾ ਉਹਨੂੰ ਤਿਆਰੀ ਤਾਂ ਲਾ ਕੇ ਉਹਨੂੰ ਧੁੱਪ ਦੀ ਕਿਆ ਕਰੂਗੀ ਉਹ ਉਹਨੂੰ ਪਾਣੀ ਲਾ ਦੇ ਦੋ ਘੰਟੇ ਰੱਖ ਵਿੱਚ ਕੱਢ ਦੇ ਫਿਰ ਉਹਦੇ ਬਾਅਦ ਯਾਰ ਮੇਰੀ ਗੱਲ ਸੁਣ ਦਿਨ 'ਚ ਲਾਉਣਾ ਨਹੀਂ ਕਿਆ ਯਾਰ ਸਵੇਰੇ ਸਾਜਰੇ ਪਾ ਕਹਿੰਦਾ ਸਵੇਰੇ ਪਾਣੀ ਆਰਾਮ ਨਾਲ ਜਦੋਂ ਲਾ ਨਾ ਪਾਣੀ ਤਾਂ ਸੁੱਤਾ ਪਿਆ ਹੁੰਦਾ ਇਹ ਕੌਣ ਬੈ ਜਾ 6 ਵਜੇ ਪਨੀਰੀ ਪਰ 8 ਵਜੇ ਦਾ ਪਾਣੀ ਕੱਢਦੇ 9 ਵਜੇ ਇਹੀ ਉੱਡਦੇ ਸਾਜਰੇ ਅੱਜ ਤਾਂ 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 ਯਾਰ ਪਤਾ ਨਹੀਂ ਨਾ ਉੱਡਦਾ ਤਾਂ ਯਾਰ ਬਾਈ ਐਵੇਂ ਨਾ ਉੱਡਦਾ 9 10 ਵਜੇ ਉੱਡਦਾ 9 10 ਵਜੇ ਉਹ ਮੇਰੀ ਗੱਲ ਤਾਂ ਸੁਣ ਲੈ ਤੂੰ ਯਾਰ ਤੈਂ ਪਨੀਰੀ ਬੀਤੀ ਸ਼ਾਮ ਨੂੰ ਹਾਂ ਸਮਝਿਆ ਆ ਟਾਈਮ ਬੀਤੀ ਆ ਟਾਈਮ ਬੀਤੀ ਤੈਂ ਪਾਣੀ ਖਾ ਗਈ ਰਾਤ ਰਾਤ ਸਮਝਿਆ ਗੱਲ ਹਾਂਜੀ ਖਾ ਗਈ ਪਾਣੀ ਉਹਦੇ ਬਾਅਦ ਹੀ ਸਵੇਰੇ ਉਹਨੂੰ ਪਾਣੀ ਪਾ
ਪਾਣੀ ਪਾ ਕੇ ਉਹਨੂੰ 2 ਘੰਟੇ ਖੜਾ ਲਾ ਪਾਣੀ, ਉਹਦੇ ਬਾਅਦ ਪਾਣੀ ਉਹਦਾ ਦੇਖ ਕੱਢ। ਅੱਜ ਜਿਹੜੀ ਹੁਣ ਬੀਜੀ ਮੈਂ ਰਾਤ ਨੂੰ ਉਦਣ ਤੂੰ ਕਹਿੰਦਾ ਉਹ ਚ ਮੈਂ ਆਇਆ ਪਾਣੀ ਪਾਇਆ, ਸਵੇਰੇ ਜਨਰੇਟਰ ਲੈ ਕੇ ਭਰ ਕੇ ਆਇਆ ਸਵੇਰੇ ਮੈਂ। ਆਹੋ ਫੁੱਕ ਜਾਂਦੀ ਉਹਨੂੰ ਪਾਣੀ ਜ਼ਰੂਰੀ ਹੈ। ਜਿਹੜਾ ਮਰਜ਼ੀ ਕਹੀ ਜਾ ਪਨੀਰੀ ਨੀ ਮਿਲਣੀ ਹੈਗੀ, ਲਾਈ ਜਾ ਦਲਬੀਰ ਨੇ ਲੈਣੀ ਪਨੀਰੀ ਦਾ ਬਥੇਰੀ ਪਈ ਆ ਪਨੀਰੀ। ਕਿਆ ਕਿੰਨੀ ਚਾਹੀਦੀ ਦੱਸ ਬੋਲ ਦਲਬੀਰ ਦੱਸ ਦੇ ਬਹੁਤ ਤਕਨੀਕਾ ਦੇਣ ਨੂੰ ਪਈਆਂ, ਇੱਕ ਜਾ ਤੂੰ ਅਜੇ ਉਸਤਾਦ ਰਹਿ ਜਾਂਦੇ ਲਿਆ ਤੂੰ ਖੁਲਾ ਯਾਰ ਖੇਤ ਪਾ ਕੇ ਕਰੂੰਗਾ ਉਹਦੇ ਹੁਣ ਬੰਦਾ ਦੇਖ ਲਾ ਸਵੇਰ ਤੇ ਦੁਪਹਿਰ ਵੀ ਮਰੂੰਗਾ, ਆਹ ਟਾਈਮ ਨੀ ਜਾਣਾ ਉਹ ਸਵੇਰੇ ਕਰੂੰਗਾ ਸਾਜਰੇ। ਹੁਣ ਮੇਰੀ ਗੱਲ ਸੁਣ, ਪਾਇਆ ਖੜਾ ਹੈ ਸਾਰਾ ਕੁਝ, ਫੇਰ ਖੋਲ ਲਈ ਫੇਰ ਪਾ ਲਈ ਡੌਲਾ ਪਾਉਂਦਾ ਹਲੇ ਉਹ ਕੌਣ ਸਿੰਮਾ ਡੌਲਾ ਕਿਤੇ 10 ਦਿਨ ਲੱਗ ਜਾਣੇ ਮਿੱਟੀ ਚੜਾਉਣੀ ਉਹਨੇ, ਇੱਕ ਇੱਕ ਖੇਤ ਦੀ ਡੌਲ ਪੈ ਗਈ ਜਦੇ ਨਾਲ ਦੀ ਨਾਲ ਲੱਜਾ ਤੂੰ। ਚਲੋ ਭਾਈ ਹਾਂ ਭਾਈ ਡੌਲ ਦੇ ਜ਼ਿਆਦਾ ਆ, ਹਾਂ ਦਹੀਂ ਕੋਣੀ ਵੀ ਡੌਲ ਕੋਣੀ ਇਹ ਕਿੱਥੇ ਬੜੀ ਤੇ ਬੈਠ ਕੇ ਸਾਰਨਾ ਇਹ ਉਰੇ ਬੈਠਾ ਬਾਪੂ ਦਾ ਉੱਥੇ ਚੜੀ ਦੇਖੀ ਜਾਂਦੇ ਵੀ ਜੰਮੇ ਤੇ ਪਰਸੋਂ ਵਿੱਚ ਜੰਮੂ ਵੀ ਉਹ ਉੱਪੇ ਬੈਠਾ ਜਰੀ ਦੇ ਮਾ ਕਿਆ ਹੋ ਗਿਆ ਕਹਿ ਜਰੀ ਦੇਖਦਾ ਸਾਰੀ ਗਾਗਰਮੀ ਦੇ ਕੱਖ ਆਹ ਬਾਬੜੀ ਹੋ ਜਾਂਦੀ ਆ ਜਰੀ ਤਾਂ ਉੱਥੇ ਹੋ ਜਾਣੀ ਪਾਣੀ ਤੁਰਦਾ ਸਾਰਾ ਹੀ ਰੂਟਾਵੀਟਰ ਕਿਹਦੇ ਵਾਲਾ ਏ
ਗਾਣੇ ਕਰ ਰਹੇ ਜੋ ਖੁੱਲ ਕੇ ਆਊਗਾ ਗਾਣ ਚ ਵੜਨ ਦੇਣਾ ਕਿਸੇ ਦੇ ਵੀ ਮੈਂ ਆਪਣਾ ਜਰੂਰ ਕਰਨਾ ਕੱਦੂ ਦੇ ਨਾਲ ਆਪਣਾ ਜੇ ਧੋ ਦੇਣਾ ਉੱਥੇ ਬੀਜਣ ਬੰਦ ਹੋ ਗਈ ਸੀ ਹੁਣ ਦੱਸ ਕਿਹੜੇ ਕਿੱਥੇ ਗਿਆ ਸੈਕਟਰ।